ਸਿਆਸੀ ਪਾਰਟੀਆਂ ਉਹ ਜਿੱਤੀਆਂ ਜਿਹਦੇ ਵਰਕਰ ਇਹ ਮਹਿਸੂਸ ਕਰਨ ਕਿ ਜੇ ਸਾਡਾ ਕੈਂਡੀਡੇਟ ਹਾਰ ਗਿਆ ਤਾਂ ਅਸੀਂ ਮਰ ਜਾਂਦੇ। ਮਤਲਬ ਜੇ ਉਸ ਜਜ਼ਬੇ ਨਾਲ ਇਲੈਕਸ਼ਨ ਲੜਿਆ ਜਾਵੇ, ਇਲੈਕਸ਼ਨ ਜਿਹੜਾ ਕੋਈ ਵੀ ਢਿੱਲਾ ਨਹੀਂ ਲੜੀਦਾ ਹੁੰਦਾ, ਅਤੇ ਇਹ ਇਹ ਇਸ ਜਜ਼ਬੇ ਨਾਲ, ਮੈਂ ਇਹ ਨਹੀਂ ਕਿਹਾ ਕਿ ਮੈਂ ਕੋਈ ਉਹਦੇ 'ਚ ਖੁਦਕੁਸ਼ੀ ਕਰਨੀ ਹੈ, ਪਰ ਮੈਂ ਤਾਂ ਇਹ ਕਿਹਾ ਵੀ ਇਸ ਜਜ਼ਬੇ ਨਾਲ ਜਦੋਂ ਤੱਕ ਕੋਈ ਵੀ ਇਲੈਕਸ਼ਨ ਅਸੀਂ ਨਹੀਂ ਲੜਦੇ ਉਦੋਂ ਤੱਕ ਪਾਰਟੀਆਂ ਕਾਮਯਾਬ ਨਹੀਂ। ਅਰਬਨ ਵੋਟ ਹੈ ਉਹ ਮੋਦੀ ਦੇ ਨਾਂ 'ਤੇ ਸ਼ਿਫਟ ਹੋਈ ਹੈ, ਔਰ ਕਿੱਥੋਂ ਕਿੱਥੋਂ ਹੋਈ ਹੈ ਤੁਸੀਂ ਮਤਲਬ ਸੰਗਤ ਮੰਡੀ, ਰਾਮਾ ਮੰਡੀ, ਉੱਚੋ ਮੰਡੀ, ਗੋਨਿਆਣਾ ਮੰਡੀ, ਬਰੇਟਾ ਮੰਡੀ, ਬੁਢਲਾਡਾ ਮੰਡੀ, ਫਰੀਦਕੋਟ, ਸੰਗਰੂਰ, ਮਤਲਬ ਲੁਧਿਆਣਾ, ਜਲੰਧਰ, ਮਤਲਬ ਕੋਈ ਐਸਾ ਅਰਬਨ ਏਰੀਆ ਹੈ ਨਹੀਂ ਜਿੱਥੇ ਜਾਂ ਤਾਂ ਮੋਦੀ ਦਾ ਕੋਈ ਪਤਾ ਨਹੀਂ। ਹੁਣ ਇਹ ਅਸੀਂ ਅਸੀਂ ਵੀ ਇਹਨੂੰ ਭਾਵ ਨਹੀਂ ਪਾਏ ਕਿ ਮੋਦੀ ਦੇ ਨਾਂ 'ਤੇ ਅਰਬਨ ਵੋਟ ਸ਼ਿਫਟ ਹੋ ਜਾਏਗੀ, ਬਟ ਇਹ ਹੋਇਆ।